एक आ कॉलेज की गल सुनावा इत्थे यारी लग गई सी एक आ कॉलेज की गल सुनावा इत्थे यारी लग गई सी पहला तकनी नाल मेरे ओ सीने जी लग गई सी। ਔਜਲਾ ਦੇ ਫੈਨਸ ਨੂੰ ਹਮੇਸ਼ਾ ਵੇਟ ਰਹਿੰਦੀ ਹੈ ਕਰਨ ਦੇ ਨਵੇਂ ਨਵੇਂ ਗਾਣਿਆਂ ਦੀ। ਹਰ ਟਾਈਮ ਇੰਤਜ਼ਾਰ ਕਰਦੇ ਨੇ ਕਿ ਕਰਨ ਔਜਲਾ ਕਦੋਂ ਕੁਝ ਨਵਾਂ ਲੈ ਕੇ ਆਉਣਗੇ। ਪਰ ਤੁਹਾਨੂੰ ਅਸੀਂ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਕਰਨ ਔਜਲਾ ਦੀ ਇੱਕ ਸਟੇਜ ਸ਼ੋਅ ਦੀ, ਜਿਸ ਵਿੱਚ ਕਰਨ ਆਪਣੇ ਕਾਲਜ ਦੀ ਯਾਦ ਸਾਂਝੀ ਕਰ ਰਹੇ ਨੇ। ਇੱਕ ਆ ਕਾਲਜ ਦੀ ਗੱਲ ਸੁਣਾਵਾਂ ਇੱਥੇ ਯਾਰੀ ਲੱਗ ਗਈ ਸੀ एक आ कॉलेज की गल सुनावा इत्थे यारी लग गई सी पहला तकनी नाल मेरे ओ सीने जी लग गई सी। मेरा लड़ना लाइक ना करदी सी हथियारां तों भी डरदी सी साडी इसे गल ने तोड़ दित्ती जट यारा पिछे अड़दा सी ओ डीएवी विच पढ़दी सी मैं पीयू दे विच लड़दा सी। एक आ कॉलेज की गल सुनावा इत्थे यारी लग गई सी एक आ कॉलेज की गल सुनावा इत्थे यारी लग गई सी पहला तकनी नाल मेरे ओ सीने जी लग गई सी। मेरा लड़ना लाइक ना करदी सी हथियारां तों भी डरदी सी साडी इसे गल ने तोड़ दित्ती जट यारा पिछे अड़दा सी ओ डीएवी विच पढ़दी सी मैं पीयू दे विच लड़दा सी। एक आ कॉलेज की गल सुनावा इत्थे यारी लग गई सी एक आ कॉलेज की गल सुनावा इत्थे यारी लग गई सी पहला तकनी नाल मेरे ओ सीने जी लग गई सी। मेरा लड़ना लाइक ना करदी सी हथियारां तों भी डरदी सी साडी इसे गल ने तोड़ दित्ती जट यारा पिछे अड़दा सी ओ डीएवी विच पढ़दी सी मैं पीयू दे विच लड़दा सी। ਔਜਲਾ ਦੀ ਇਹ ਵੀਡੀਓ ਕਲਿੱਪ, ਜਿਸ ਵਿੱਚ ਕਰਨ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੇ ਨੇ ਤੇ ਆਪਣੇ ਫੈਨਸ ਨਾਲ ਸ਼ੇਅਰ ਕਰ ਰਹੇ ਨੇ, ਤੁਹਾਨੂੰ ਕਿਹੋ ਜੀ ਲੱਗੀ ਸਾਨੂੰ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਤੇ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆਂ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲਾਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ, ਲਾਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।